ਇੰਗਲੈਂਡ ਦਾ ਖੇਤੀਬਾੜੀ ਵਾਲਾ ਵੀਜ਼ਾ ਜੇ ਆਪਾਂ ਉਹਦੇ ਬਾਰੇ ਗੱਲ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵਿਆਲਨ ਸਿੰਘ ਬਰਾੜ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਪੈਰਸ ਤੋਂ YouTube ਚੈਨਲ ਮਾਫੀ ਚਾਹਨਾ ਦੋਸਤੋ ਮੇਰੀ ਸਿਹਤ ਬਹੁਤ ਜ਼ਿਆਦਾ ਖਰਾਬ ਸੀ ਇਸ ਕਰਕੇ ਵੀਡੀਓ ਇੱਕ ਹਫ਼ਤਾ ਲੇਟ ਆਈ ਆ ਤੇ ਹੁਣ ਵੀ ਮੇਰੀ ਜਿਹੜੀ ਆਵਾਜ਼ ਹੈ ਕੁਝ ਹੱਦ ਤੱਕ ਸਹੀ ਨਹੀਂ ਮੇਰਾ ਗਲਾ ਬਿਲਕੁਲ ਬੈਠਾ ਹੋਇਆ ਸੀ ਤੇ ਮੇਥੋਂ ਮੇਰੀ ਆਵਾਜ਼ ਨਿਕਲਦੀ ਨਹੀਂ ਸੀਗੀ ਤੇ ਹੁਣ ਬਹੁਤ ਸਾਰੇ ਵੀਰਾਂ ਨੇ ਮੈਂ ਵੀਡੀਓ ਥੱਲੇ ਮੈਸੇਜ ਪੜ੍ਹ ਰਿਹਾ ਸੀਗਾ ਕਮੈਂਟ ਪੜ੍ਹ ਰਿਹਾ ਸੀ ਸੌਰੀ ਤੇ ਮੈਨੂੰ ਮੈਸੇਜ ਵੀ ਆਏ ਹੋਏ ਸੀ ਕਿ ਭਾਜੀ ਇੰ ਖੁੱਲਿਆ ਵਸਾਨੂੰ ਉਹਦੇ ਬਾਰੇ ਇਨਫੋਰਮੇਸ਼ਨ ਦਿਓ ਮੈਂ ਇਹ ਵੀਡੀਓ ਜਿਹੜੀ ਕਿ ਭਾਜੀ ਹਰਜਾਪ ਸਿੰਘ ਪੰਗਲ ਨੇ ਜਿੰਨਾ ਦਾ ਕਿ ਮਾਂ ਟੀਵੀ ਚੈਨਲ ਆ ਜੀ YouTube ਦੇ ਉੱਪਰ 5 ਅਕਤੂਬਰ ਨੂੰ ਮੈਂ ਵੀਡੀਓ ਦੇਖ ਰਹੀ ਸੀ ਤੇ ਭਾਜੀ ਉਹਰਾણે ਬਿਲਕੁਲ ਕਲੀਅਰ ਕਰਤਾ ਸੀਗਾ ਕਿ ਕੋਈ ਵੀ ਖੇਤੀਬਾੜੀ ਵਾਲਾ ਵੀਜ਼ਾ ਨਹੀਂ ਖੁੱਲਿਆ ਤੁਸੀਂ ਕਿਸੇ ਵੀ ਏਜੰਟ ਕੋਲੇ ਆਪਣੇ ਪੈਸੇ ਨਾ ਫਸਾਓ ਚਾਹੇ ਕੋਈ ਇੰਡੀਅਨ ਚਾਹੇ ਕੋਈ ਪਾਕਿਸਤਾਨੀ ਚਾਹੇ ਕੋਈ ਬੰਗਲਾਦੇਸ਼ੀ 2013 ਦੇ ਵਿੱਚ ਇੰਗਲੈਂਡ ਨੇ ਇਹ ਚੀਜ਼ਾਂ ਸਕੀਮ ਬੰਦ ਕਰਤੀ ਸੀ 2013 ਤੋਂ ਪਹਿਲਾਂ ਇੱਥੇ ਜਿਹੜੇ ਕਿ 6 ਮਹੀਨੇ ਵਾਲੇ ਵੀਜ਼ੇ ਦੇ ਉੱਪਰ ਬੰਦੇ ਆਉਂਦੇ ਸੀ ਖੇਤੀਬਾੜੀ ਵਾਲਾ ਵੀਜ਼ਾ ਮਿਲ ਦਿੰਦੀ ਹੁੰਦੀ ਸੀਗੀ ਇੰਗਲੈਂਡ ਦੀ ਸਰਕਾਰ ਪਰ ਉਹਦੇ ਵਿੱਚ ਜਿਹੜੀਆਂ ਕੰਟਰੀਆਂ ਸੀਗੀਆਂ ਉਹ ਸੀਗੀਆਂ ਪੋਲੈਂਡ ਯੂਕਰੇਨ ਰਸ਼ੀਆ ਤੇ ਬੈਲਾਰੂਸ 2013 ਦੇ ਵਿੱਚ ਜਦੋਂ ਇਹਨਾਂ ਦੇ ਨਾਲ ਜਿਹੜੀ ਰਸ਼ੀਆ ਸੌਰੀ ਰូមਾਨੀਆ ਤੇ ਬਲਗਾਰੀਆ ਜਦੋਂ ਯੂਰਪ ਦੇ ਵਿੱਚ ਆ ਕੇ ਨਾਲ ਰਲ ਗਈ ਸੀਗੀ ਤੇ ਉਦੋਂ ਇਹਨਾਂ ਨੇ ਸਕੀਮ ਇਹ ਬੰਦ ਕਰਤੀ ਸੀਗੀ ਤੇ 2013 ਤੋਂ ਪਹਿਲਾਂ ਇਸ ਕਰਕੇ ਚੱਲਦੀ ਸੀ ਕਿ ਜਿਹੜੀਆਂ ਇਹ ਕੰਟਰੀਆਂ ਸੀਗੀਆਂ ਪੋਲੈਂਡ ਯੂਕਰੇਨ ਰਸ਼ੀਆ ਤੇ ਬੈਲਾਰੂਸ ਇਹ ਕੰਟਰੀਆਂ ਯੂਰਪ ਦੇ ਨਾਲ ਲੱਗਦੀਆਂ ਸੀਗੀਆਂ ਕਿ ਹਲੇ ਯੂਰਪ ਦੇ ਵਿੱਚ ਆਉਂਦਗਾਨੀ ਸੀ ਤੇ ਇਹ ਬਾਅਦ ਦੇ ਵਿੱਚ ਜਦੋਂ 2013 ਦੇ ਵਿੱਚ ਯੂਰਪ ਦੇ ਵਿੱਚ ਆ ਕੇ ਇਹ ਕੰਟਰੀਆਂ ਰਲ ਗਈਆਂ ਤੇ ਉਦੋਂ ਇਹਨਾਂ ਨੇ ਸਕੀਮ ਇਹ ਬੰਦ ਕਰਤੀ ਸੀਗੀ ਹੁਣ ਇਹਨਾਂ ਨੇ ਸਕੀਮ ਜ਼ਰੂਰ ਕੱਢੀ ਆ ਹਜੇ ਨਹੀਂ ਜਦੋਂ ਇਹ ਸਕੀਮ ਕੱਢਣਗੇ 2500 2.5 ਹਜ਼ਾਰ ਵਰਕਰ ਦੀ ਇਹਨਾਂ ਨੇ ਜ਼ਰੂਰਤ ਹੈ ਇਹਨਾਂ ਨੂੰ ਤੇ ਪਰ ਹਜੇ ਨਹੀਂ ਹੈਗੀ ਉਹਦੇ ਵਿੱਚ ਆਪਣੇ ਇੰਡੀਆ ਦਾ ਨਾਮ ਹੀ ਹੈ ਨੀਗਾ ਉਸ ਦੇ ਵਿੱਚ ਆਪਣੇ ਇੰਡੀਆ ਦਾ ਪਾਕਿਸਤਾਨ ਦਾ ਬੰਗਲਾਦੇਸ਼ ਦਾ ਨਜ਼ੀਰੀਆ ਦਾ ਗਾਨਾ ਦਾ ਕੰਟਰੀ ਇਹਨਾਂ ਕੰਟਰੀਆਂ ਦੇ ਨਾਮ ਹੀ ਹੈ ਨੀਗਾ ਕਿ ਇਹਨਾਂ ਕੰਟਰੀਆਂ ਤੋਂ ਆਪਾਂ ਵਰਕਰ ਲੈਣੇ ਹੀ ਨੀਗੇ ਕਿਉਂਕਿ ਆਪਾਂ ਆਲਰੇਡੀ ਪੰਜਾਬੀ ਬਹੁਤ ਜ਼ਿਆਦਾ ਬਦਨਾਮ ਹੋ ਚੁੱਕੇ ਆ ਇੰਗਲੈਂਡ ਦੇ ਵਿੱਚ ਕਿ ਇਹ ਬੰਦੇ ਓਵਰਸਟੇ ਹੋ ਜਾਂਦੇ ਆ ਇਹ ਬੰਦੇ ਵਾਪਸ ਨਹੀਂ ਮੁੜਦੇ ਫਿਰੇ ਇੱਥੇ ਕੇਸ ਕਰਦੇ ਆ ਫਿਰ ਇਹ ਪੱਕੇ ਹੁੰਦੇ ਇਹ ਚੀਜ਼ਾਂ ਦੇ ਕਰਕੇ ਇਹਨਾਂ ਨੇ ਜਿਹੜੇ ਹੁਣ 25000 ਵਰਕਰ ਜਿਹੜਾ ਲੈਣਾ ਆ ਹਜੇ ਪਤਾ ਨਹੀਂ ਕਦੋਂ ਲੈਣਾ ਆ ਇਹਨਾਂ ਨੇ ਸਿਰਫ ਇੱਕ ਸਕੀਮ ਕੱਢੀ ਆ ਤੇ ਉਹ ਜਿਹੜੀਆਂ ਕੰਟਰੀਆਂ ਪਹਿਲਾਂ ਵਾਲੀਆਂ ਹੀ ਕੰਟਰੀਆਂ ਨੇ ਪੋਲੈਂਡ ਯੂਕਰੇਨ ਰਸ਼ੀਆ ਬੈਲਾਰੂਸ ਲਤੀਵਿਆ ਰਮਾਨੀਆ ਤੇ ਬੁਲਗਾਰੀਆ ਇਹਦੇ ਵਿੱਚ ਬੰਦਾ ਲੈਣਾ ਆ ਤੇ ਬਾਕੀ ਮੈਂ ਭਾਜੀ ਉਹਨਾਂ ਦੀ ਵੀਡੀਓ ਹਰਜਾਪ ਸਿੰਘ ਪੰਗਲ ਜਿਹੜੇ ਕਿ ਮਸ਼ਹੂਰ ਵਕੀਲ ਨੇ ਇੰਗਲੈਂਡ ਦੇ ਉਹਨਾਂ ਦੀ ਵੀ ਮੈਂ ਵੀਡੀਓ ਦਾ ਲਿੰਕ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਪਾਤਾ ਆ ਤੁਸੀਂ ਸਾਰੀ ਵੀਡੀਓ ਉੱਥੇ ਤੁਸੀਂ ਦੇਖ ਸਕਦੇ ਹੋ ਕਿ ਕਿਹੜੇ-ਕਿਹੜੇ ਕਾਨੂੰਨ ਇੰਗਲੈਂਡ ਦੇ ਵਿੱਚ ਚੇਂਜ ਹੋਏ ਨੇ ਤੁਹਾਨੂੰ ਸਾਰੀ ਇਨਫੋਰਮੇਸ਼ਨ ਪਤਾ ਲੱਗ ਜਾਊਗਾ ਕਿ ਉਹ ਇੰਗਲੈਂਡ ਦੇ ਜਿਹੜੇ ਕਾਨੂੰਨ ਆ ਬਹੁਤ ਜ਼ਿਆਦਾ ਸਖਤ ਹੋ ਰਹੇ ਆ ਕਿਉਂਕਿ ਇੰਗਲੈਂਡ ਦੇ ਵਿੱਚ ਤਕਰੀਬਨ 7 ਲੱਖ ਬੰਦਾ ਆ ਸਾਰੀਆਂ ਕੰਟਰੀਆਂ ਦਾ ਮਿਲਾ ਕੇ ਕਿ ਜਿਨ੍ਹਾਂ ਨੂੰ ਅੰਗਰੇਜ਼ੀ ਚੱਜ ਨਾਲ ਬੋਲਣੀ ਵੀ ਨਹੀਂ ਆਉਂਦੀ ਤੇ ਹੁਣ ਇਹ ਸੋਚ ਰਹੇ ਆ ਵੀ ਜਿਹੜੀ ਛੋਟੀ ਸਖਤਾਈ ਕਰਨਗੇ ਤੇ ਜਿਹੜਾ ਇੰਗਲਿਸ਼ ਦਾ ਟੈਸਟ ਆ ਇੰਗਲੈਂਡ ਦੇ ਵਿੱਚ ਲਾਜ਼ਮੀ ਕਰਨਗੇ ਵੀਜ਼ਾ ਲੈਣ ਵਾਸਤੇ ਤੇ ਜਿਹੜੇ ਵੀ ਰ ਯੂਰਪ ਤੋਂ ਇੰਗਲੈਂਡ ਦੇ ਵਿੱਚ ਕੰਮ ਕਰਨ ਜਾਂਦੇ ਸੀ ਉਹਨਾਂ ਤੇ ਵੀ ਇਹਨਾਂ ਨੇ ਪਾਬੰਦੀ ਲਾਉਣਗੇ ਆਉਣ ਵਾਲੇ ਟਾਈਮ ਦੇ ਵਿੱਚ ਹੋ ਸਕਦਾ ਮਾਰਚ ਦੇ ਵਿੱਚ ਲਾ ਦੇਣ 2019 ਦੇ ਵਿੱਚ ਜੇ 2019 ਮਾਰਚ ਦੇ ਵਿੱਚ ਨਹੀਂ ਲੱਗਦੀ ਤਾਂ 2021 ਦੇ ਵਿੱਚ ਤਾਂ 100% ਸ਼ੋਰ ਆ ਕਿ ਇਹਨਾਂ ਨੇ ਪਾਬੰਦੀ ਲਾ ਦੇਣੀ ਆ ਕਿਉਂਕਿ ਬ੍ਰਿਟਿਸ਼ ਥੋੜੀ ਇੰਗਲੈਂਡ ਦੇ ਵਿੱਚ ਜਿਹੜੇ ਖੁਰ ਉਥੋਂ ਦੇ ਗੋਰੇ ਆ ਉਹ ਕੰਮ ਕੰਮਾਂ ਲੋ ਵਿਲੇ ਬੈਠੇ ਆ ਯੂਰਪ ਵਾਲੇ ਬੰਦੇ ਘੱਟ ਪੈਸੇ ਨੇ ਉੱਤੇ ਉੱਥੇ ਕੰਮ ਕਰ ਰਹੇ ਆ ਆਪਣੀਆਂ ਫੈਮਲੀਆ ਉੱਥੇ ਬੁਲਾ ਰਹੇ ਆ ਚੀਜ਼ਾਂ ਕਰ ਰਹੇ ਆ ਤੇ ਉਹ ਚੀਜ਼ਾਂ ਉਹ ਪਸੰਦ ਨਹੀਂ ਕਰਦੇ ਤੇ ਬਾਕੀ ਤੁਹਾਨੂੰ ਫੁੱਲ ਜਿਹੜੀ ਡਿਟੇਲ ਆ ਮੈਂ ਤੀਜੀ ਵਾਰੀ ਰਿਪੀਟ ਕਰ ਰਿਹਾ ਕਿ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਆ ਮਾਂ ਟੀਵੀ ਚੈਨਲ ਆ ਹਰਜਾਪ ਸਿੰਘ ਭੰਗਲਾ ਤੁਸੀਂ ਇੰਗਲੈਂਡ ਦੀ ਕੋਈ ਵੀ ਇਨਫਰਮੇਸ਼ਨ ਲੈਣੀ ਕਿਸੇ ਵੀ ਏਜੰਟ ਤੇ ਕੋਈ ਵੀ ਜਗੀਰ ਨਾ ਕਰੋ ਭਾਜੀ ਹੁਣਾਂ ਦਾ ਚੈਨਲ ਤੁਸੀਂ ਸਬਸਕ੍ਰਾਈਬ ਕਰ ਲਓ ਮਾਂ ਟੀਵੀ ਭਾਜੀਓ ਨੰਗਾ ਵੀਡੀਓ ਦੇਖ ਲਿਆ ਕਰੋ ਤੁਹਾਨੂੰ ਸਾਰੀ ਇਨਫੋਰਮੇਸ਼ਨ ਇਹਨਾਂ ਤੋਂ ਮਸ਼ਹੂਰ ਵਕੀਲ ਨੇ ਇਹਨਾਂ ਤੋਂ ਤੁਹਾਨੂੰ ਸਾਰੀ ਇਨਫੋਰਮੇਸ਼ਨ ਵੀਡੀਓ ਦੇ ਜ਼ਰੀਏ ਮਿਲ ਜਾ ਕਰੋ ਹਰ ਸ਼ੁੱਕਰਵਾਰ ਨੂੰ ਇਹ ਆਪਣੇ ਚੈਨਲ ਦੇ ਉੱਪਰ ਵੀਡੀਓ ਜਿਹੜੀ ਕਿ ਇੰਗਲੈਂਡ ਦੀ ਜਿਹੜੀ ਅਪਡੇਟ ਆ ਉਹ ਕਰਦੇ ਰਹਿੰਦੇ ਆ ਅਪਲੋਡ ਤੇ ਤੁਹਾਡੇ ਕਮੈਂਟਾਂ ਦੇ ਜਵਾਬ ਵੀ ਦਿੰਦੇ ਨੇ ਭਾਜੀਓ ਨੇ ਤੇ ਬਾਕੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਜਰੂਰ ਕਰਦੇ ਆਪਣਾ ਫਰਜ਼ ਦੇ ਸਮਝ ਕੇ ਹਰ ਇੱਕ WhatsApp ਦੇ ਗਰੁੱਪਾਂ ਦੇ ਵਿੱਚ ਆਪਣੀਆਂ ਆਈਡੀਆਂ ਦੇ ਵਿੱਚ ਜਰੂਰ ਸ਼ੇਅਰ ਕਰਿਓ ਤਾਂ ਜੋ ਹਰ ਇੱਕ ਪੰਜਾਬੀ ਤੱਕ ਇਹ ਮੈਸੇਜ ਪਹੁੰਚ ਜਾਵੇ ਕਿ ਇੰਗਲੈਂਡ ਦੇ ਵਿੱਚ ਖੇਤੀਬਾੜੀ ਵਾਲੇ ਪੇਪਰ ਨਹੀਂ ਖੁੱਲੇ ਆਪਣੇ ਉਹ ਪੈਸੇ ਬਚਾ ਸਕਣ ਕਿਸੇ ਏਜੰਟ ਦੇ ਧੋਖੇ ਵਿੱਚ ਨਾ ਆ ਸਕਣ ਤੇ ਬਾਕੀ ਜਿਹੜੇ ਖ਼ਬਰਾਂ ਦੇ ਉੱਤੇ ਐਡਾਂ ਆਉਂਦੀਆਂ ਨੇ ਉਹਨਾਂ ਨੂੰ ਫੋਨ ਲਾ ਲਾ ਕੇ ਗਾਲਾਂ ਕੱਢੋ ਜਿਹੜੇ ਬੰਦੇ ਇੰਗਲੈਂਡ ਦੀ ਐਡ ਦੇਣ ਦੇ ਖੇਤੀਬਾੜੀ ਵਾਲੇ ਵੀਜ਼ੇ ਲਵਾ ਲੋ 6 ਮਹੀਨਿਆਂ ਦਾ ਉਹਨਾਂ ਦੀ ਮਾਂ ਭੈਣੇ ਕਰੋ ਕਿਉਂ ਕਿਉਂ ਲੋਕਾਂ ਨੂੰ ਠੱਗੀ ਧੋਖਾ ਕਰਦੇ ਪਏ ਨੇ ਕਿਉਂ ਉਹ ਤੁਹਾਡੇ ਜਜ਼ਬਾਤਾਂ ਨਾਲ ਖੇਡਦੇ ਨੇ ਤੁਹਾਡਾ ਦੱਸਦਾ 20-20 ਹਜ਼ਾਰ ਰੁਪਏ ਲੈ ਕੇ ਭੱਜਣਗੇ ਮੁੜ ਕੇ ਤੁਸੀਂ ਕਹੋਗੇ ਕਿ ਸਾਡੇ ਨਾਲ ਠੱਗੀ ਵਜ ਗਈ ਇਹਨਾਂ ਨੂੰ ਹੁਣੇ ਨੱਥ ਪਾਓ ਇਹਨਾਂ ਦੇ ਫੋਨ ਨੰਬਰ ਦੇਖੋ ਵੀ ਕਿਹੜੇ ਫੋਨ ਤੋਂ ਕਿਹੜਾ ਫੋਨ ਨੰਬਰ ਦਿੱਤਾ ਵਾ ਕਿਹੜੀ ਏਜੰਸੀ ਐਡ ਦੇ ਰਹੀ ਆ ਉੱਥੇ ਜਾ ਕੇ ਜਾ ਕੇ ਜਾ ਕਿਉਂਕਿ ਦੱਸੋ ਵੀ ਆਹ ਮਸ਼ਹੂਰ ਵਕੀਲ ਜਿਹੜਾ ਆ ਇੰਗਲੈਂਡ ਦਾ ਤੇ ਇਹ ਝੂਠ ਬੋਲਦਾ ਪਿਆ ਆ ਵੀ ਉਹ ਕਹਿੰਦਾ ਵੀ ਖੇਤੀਬਾੜੀ ਵਾਲੇ ਵੀਜ਼ੇ ਖੋਲ੍ਹਣੇ ਤੇ ਤੁਸੀਂ ਕਿਹੜੇ ਖੇਤਾਂ ਦੇ ਵੀਜ਼ੇ ਖੋਲੀ ਬੈਠੇ ਹੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਮ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਸਤਿ ਸ੍ਰੀ ਅਕਾਲ